ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਗੂੰਜੀਆਂ ਕਿਲਕਾਰੀਆਂ। ਅਦਾਕਾਰਾਂ ਦੇ ਘਰ ਲਕਸ਼ਮੀ ਨੇ ਲਿਆ ਜਨਮ। ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਆਈਆਂ ਖੁਸ਼ੀਆਂ। ਜੀ ਹਾਂ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ। ਦੋਹਾਂ ਨੇ ਇਸਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਹੈ, ਜਿੱਥੇ ਕਿ ਦੋਵਾਂ ਨੇ ਪੋਸਟਰ ਸ਼ੇਅਰ ਕੀਤਾ ਹੈ। ਉਸਦੇ ਵਿੱਚ ਉਹਨਾਂ ਨੇ ਲਿਖਿਆ ਹੈ, ਵੈਲਕਮ ਬੇਬੀ ਗਰਲ। ਦੋਹਾਂ ਨੇ ਆਪਣੇ ਘਰ ਬੇਬੀ ਗਰਲ ਦਾ ਵੈਲਕਮ ਕੀਤਾ ਹੈ। ਰਣਵੀਰ ਸਿੰਘ ਕਾਫੀ ਜ਼ਿਆਦਾ ਐਕਸਾਈਟਿਡ ਸੀ। ਅੰਬਾਨੀ ਦੀ ਵੈਡਿੰਗ ਫੰਕਸ਼ਨ ਉੱਤੇ ਰਣਵੀਰ ਸਿੰਘ ਨੇ ਇਸ ਖਬਰ ਨੂੰ ਰਿਵੀਲ ਕੀਤਾ ਸੀ ਅਤੇ ਬਹੁਤ ਐਕਸਾਈਟਿਡ ਨਜ਼ਰ ਆ ਰਹੇ ਸੀ ਅਤੇ ਉਹਨਾਂ ਨੇ ਆਪਣੀ ਖੁਸ਼ੀ ਨੂੰ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਮੈਂ ਬਹੁਤ ਜਲਦ ਪਿਤਾ ਬਣਨ ਵਾਲਾ ਹਾਂ। ਅਤੇ ਬੀਤੀ ਦਿਨੀ ਉਹ ਪਲ ਆ ਗਿਆ ਜਿਸਦਾ ਸਭ ਨੂੰ ਇੰਤਜ਼ਾਰ ਸੀ, ਜਦ ਦੀਪਿਕਾ ਦੇ ਵੱਲੋਂ ਪਿਆਰੀ ਜਿਹੀ ਬੇਬੀ ਗਰਲ ਨੂੰ ਜਨਮ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਦੀਪਿਕਾ ਅਤੇ ਰਣਵੀਰ ਦਾ ਵਿਆਹ 2018 ਦੇ ਵਿੱਚ ਹੋਇਆ ਸੀ। ਦੋਹਾਂ ਨੇ ਕਈ ਸਾਲ ਇੱਕ ਦੂਸਰੇ ਨੂੰ ਡੇਟ ਵੀ ਕੀਤਾ, ਜਿਸਦੀ ਸ਼ੁਰੂਆਤ ਫਿਲਮ ਗੋਲੀਓ ਕੀ ਰਾਸਲੀਲਾ ਰਾਮਲੀਲਾ ਤੋਂ ਸ਼ੁਰੂ ਹੋਈ ਸੀ, ਜਿੱਥੇ ਕਿ ਦੋਹਾਂ ਨੇ ਇਕੱਠਿਆਂ ਪਹਿਲੀ ਫਿਲਮ ਤਾਂ ਕੀਤੀ ਹੀ ਅਤੇ ਇੱਕ ਦੂਸਰੇ ਦੇ ਨਾਲ ਮੁਲਾਕਾਤ ਵੀ ਕੀਤੀ। ਇਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਦੇ ਨਾਲ ਫਿਲਮਾਂ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਸਾਲ 2015 ਦੇ ਵਿੱਚ ਬਾਜੀਰਾਓ ਮਸਤਾਨੀ, ਸਾਲ 2018 ਦੇ ਵਿੱਚ ਪਦਮਾਵਤ ਅਤੇ ਸਾਲ 2021 ਦੇ ਵਿੱਚ 83 ਫਿਲਮ ਵਿੱਚ ਦੋਵਾਂ ਨੇ ਆਖਰੀ ਵਾਰ ਪਰਦੇ ਉੱਤੇ ਕੰਮ ਕੀਤਾ ਸੀ। ਅਤੇ ਉਸ ਤੋਂ ਬਾਅਦ ਰਣਵੀਰ ਅਤੇ ਦੀਪਿਕਾ ਆਪਣੀ ਪਰਸਨਲ ਲਾਈਫ ਦੇ ਵਿੱਚ ਬਿਜ਼ੀ ਹੋ ਗਈ, ਜਿਸ ਤੋਂ ਬਾਅਦ ਹਾਲਾਂਕਿ ਉਹਨਾਂ ਨੇ ਕਈ ਫਿਲਮਾਂ ਕੀਤੀਆਂ ਪਰ ਉਹਨਾਂ ਨੇ ਇਕੱਠਿਆਂ ਕੰਮ ਨਹੀਂ ਕੀਤਾ। ਉਹਨਾਂ ਨੇ 2021 ਤੋਂ ਬਾਅਦ ਇਕੱਠਿਆਂ ਕੋਈ ਵੀ ਫਿਲਮ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਫਿਲਮ ਕਲਕੀ 2898 ਦੌਰਾਨ ਦੀਪਿਕਾ ਨੇ ਆਪਣੀ ਪ੍ਰੈਗਨੈਂਸੀ ਨੂੰ ਵਿਖਾਇਆ ਸੀ। ਸੋ ਦੀਪਿਕਾ ਅਤੇ ਰਣਵੀਰ ਲਈ ਇਹ ਸਮਾਂ ਬਹੁਤ ਹੀ ਖਾਸ ਹੈ, ਕਿਉਂਕਿ ਰਣਵੀਰ ਅਤੇ ਦੀਪਿਕਾ ਦੇ ਘਰ ਲਕਸ਼ਮੀ ਨੇ ਜਨਮ ਲਿਆ ਹੈ। ਬਾਕੀ ਤੁਹਾਨੂੰ ਰਣਵੀਰ ਅਤੇ ਦੀਪਿਕਾ ਦੀ ਕਿਹੜੀ ਫਿਲਮ ਸਭ ਤੋਂ ਜ਼ਿਆਦਾ ਪਸੰਦ ਹੈ ਕਮੈਂਟ ਦੇ ਵਿੱਚ ਦੱਸਣਾ ਨਾ ਭੁੱਲਣਾ। ਅਤੇ ਅਜਿਹੀਆਂ ਹੋਰ ਵੀਡੀਓਜ਼ ਵੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ।